ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ। ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਵੱਖ ਵੱਖ ਸ਼ਖਸੀਅਤਾਂ ਨੂੰ ਆਪ ਜੀ ਦੇ ਰੂਬਰੂ ਕਰਵਾਉਂਦੇ ਰਹਿੰਦੇ ਹਾਂ। ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਅਜੈਬ ਸਿੰਘ ਚੱਠਾ ਕੈਨੇਡਾ ਤੋਂ, ਜਿਹੜੇ ਕਿ ਪ੍ਰੈਜ਼ੀਡੈਂਟ ਨੇ ਜਗਤ ਪੰਜਾਬੀ ਸਭਾ ਦੇ, ਅਤੇ ਨਾਲ ਹੀ ਕੈਨੇਡਾ ਦੀ ਧਰਤੀ 'ਤੇ ਹੁਣ ਤੱਕ ਹੋ ਚੁੱਕੀਆਂ 5 ਵਰਲਡ ਪੰਜਾਬੀ ਕਾਨਫਰੰਸਾਂ ਦੇ ਚੇਅਰਮੈਨ ਵੀ ਨੇ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ, ਫਿਰ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ। ਸਵਾਗਤ ਹੈ ਜੀ ਆਪ ਜੀ ਦਾ ਸਟੂਡੀਓ ਦੇ ਵਿੱਚ। ਮਿਹਰਬਾਨੀ ਜੀ, ਧੰਨਵਾਦ। ਜਿਵੇਂ ਕਿ ਹੁਣ ਆਪ ਜੀ ਇੰਡੀਆ ਆਏ ਹੋ, ਤੁਸੀਂ ਜਦੋਂ ਕੈਨੇਡਾ ਦੀ ਧਰਤੀ 'ਤੇ ਰਹਿ ਕੇ ਵੀ ਹਮੇਸ਼ਾ ਪੰਜਾਬੀਅਤ ਦੀ ਗੱਲ ਕੀਤੀ ਹੈ, ਉੱਥੇ ਵਰਲਡ ਪੰਜਾਬੀ ਕਾਨਫਰੰਸ ਆਰਗੇਨਾਈਜ਼ ਕਰਦੇ ਰਹਿੰਦੇ ਹੋ, ਹੁਣ ਇੰਡੀਆ ਆਏ ਤਾਂ ਤੁਹਾਡਾ ਇਹਦੇ ਪਿੱਛੇ ਵੀ ਕੋਈ ਉਦੇਸ਼ ਹੋਏਗਾ, ਇੱਥੇ ਵੀ ਕੁਛ ਨਾ ਕੁਛ ਜ਼ਰੂਰ ਲਿਖਿਆ ਹੋਏਗਾ ਤੁਸੀਂ। ਸਭ ਤੋਂ ਪਹਿਲਾਂ ਤਾਂ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਪੰਜਾਬ ਹੋਵੇ ਜੀ, ਚਾਹੇ ਕੈਨੇਡਾ ਹੋਵੇ, ਜੀ ਹੁਣ ਪੰਜਾਬ ਜਿਹੜਾ ਹੈਗਾ 5 ਦਰਿਆਵਾਂ ਦੀ ਧਰਤੀ ਨਹੀਂ ਰਹਿ ਗਿਆ, ਜੀ ਹੁਣ 7 ਸਮੁੰਦਰਾਂ ਦੀ ਇਹ ਧਰਤੀ ਬਣ ਚੁੱਕਾ ਹੈਗਾ, ਜੀ ਬਿਲਕੁਲ, ਅਤੇ ਸਾਰੇ ਦੇਸ਼ ਇਕੱਠੇ ਹੋ ਗਏ, ਪੰਜਾਬ ਹੀ ਬਣਦਾ ਹੈਗਾ ਵਾ। ਅਤੇ ਜਿੱਥੇ ਵੀ ਤੁਸੀਂ ਜਾਂਦਾ ਪੰਜਾਬੀ ਜਾਂਦਾ ਹੈਗਾ, ਹਮੇਸ਼ਾ ਪੰਜਾਬੀ ਦੀ ਚੜ੍ਹਦੀ ਕਲਾ ਲਈ ਕੁਛ ਨਾ ਕੁਛ ਕਰਦਾ ਹੈਗਾ ਅਤੇ ਕਰਦੇ ਹੀ ਰਹਿਣਾ ਚਾਹੀਦਾ ਹੈਗਾ। ਅਤੇ ਅਸੀਂ ਉਹ ਜਗਤ ਪੰਜਾਬੀ ਸਭਾ ਵੱਲੋਂ ਹੁਣ ਅਸੀਂ ਇੱਕ 16 ਫਰਵਰੀ ਨੂੰ ਚੰਡੀਗੜ੍ਹ ਵਿਖੇ ਇੱਕ ਸਨਮਾਨ ਸਮਾਰੋਹ ਅਤੇ ਇੰਟਰਨੈਸ਼ਨਲ ਪੰਜਾਬੀ ਸੈਮੀਨਾਰ ਕਰਵਾ ਰਹੇ ਹੈਗੇ ਹਾਂ ਜੀ। ਇਸ ਸਨਮਾਨ ਸਮਾਰੋਹ ਵਿੱਚ ਕਿਹੜੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦੀ ਤੁਹਾਡੀ ਪਲੈਨਿੰਗ ਹੈ? ਇਹ 'ਚ ਕਾਫੀ ਲੋਕਾਂ ਨੇ ਅਪਲਾਈ ਕੀਤਾ ਸੀਗਾ ਜੀ, ਉਹਨਾਂ ਵਿੱਚੋਂ ਜਿਨ੍ਹਾਂ ਦੇ ਫੈਸਲੇ ਹੋ ਚੁੱਕੇ ਹੈਗੇ ਆ, ਉਹਨਾਂ 'ਚ ਸਰ ਦਲਜੀਤ ਸਿੰਘ ਜੀ ਜੋ ਵਾਈਸ ਚਾਂਸਲਰ ਨੇ ਰਾਤ ਬਾਰਾ ਯੂਨੀਵਰਸਿਟੀ ਦੇ, ਇਹ ਉਹ ਉਹਨਾਂ ਦਾ ਇੱਕ ਨਾਂ ਆਇਆ ਹੈਗਾ। ਇੱਕ ਸਰ ਜਸਬੀਰ ਸਿੰਘ ਜੀ ਜੋ ਚੀਫ ਜਸਟਿਸ ਰਹਿ ਚੁੱਕੇ ਹੈਗੇ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ, ਉਹਨਾਂ ਦਾ ਨਾਂ ਹੈਗਾ। ਸਾਹਿਬ ਪਲਵਿੰਦਰ ਸਿੰਘ ਜੀ ਜਿਹੜੇ ਰੈਸਲਰ ਨੇ, ਕਾਮਨਵੈਲਥ ਦੇ ਉਹ ਗੋਲਡ ਮੈਡਲਿਸਟ ਵੀ ਆਏ ਹੋਏ ਨੇ, ਅਤੇ ਉਹਨਾਂ ਦਾ ਨਾਂ ਹੈਗਾ। ਸਰ ਅਰਸ਼ਿੰਦਰ ਸਿੰਘ ਜੀ ਚਾਵਲਾ ਸਾਹਿਬ ਜੋ ADGP ਨੇ ਇਹ ਹਰਿਆਣਾ ਪੁਲਿਸ ਦੇ ਵਿੱਚ, ਉਹਨਾਂ ਦਾ ਨਾਂ ਹੈਗਾ ਵਾ, ਉਹਨਾਂ ਨੂੰ ਸਨਮਾਨਿਤ ਕਰ ਰਿਹਾ ਹੈਗਾ। ਹਜੇ ਹੋਰ ਲਿਸਟ ਵੀ, ਹਜੇ ਟਾਈਮ ਥੋੜ੍ਹਾ ਜਿਹਾ ਪਿਆ ਹੈਗਾ ਵਾ, ਇਹ 'ਚ ਅਸੀਂ ਜਿੱਦਾਂ ਜਿੱਦਾਂ ਐਡ ਇਹ 'ਚ ਕਰੀ ਜਾਵਾਂਗੇ ਜੀ। ਉਹ ਤੁਹਾਡਾ ਜਿਹੜਾ ਪੋਸਟਰ ਤੁਸੀਂ ਦਿਖਾ ਰਹੇ ਸੀ, ਉਹਦੇ ਵਿੱਚ ਇੱਕ ਲੋ ਲਿਖਿਆ ਹੋਇਆ, ਚੰਗੇ ਇਨਸਾਨਾਂ ਦੀ ਕਦਰ ਕਰੋ, ਇਹ ਤੁਹਾਡੇ ਮਨ ਵਿੱਚ ਕਿਵੇਂ ਆਇਆ ਇਹ ਲਿਖਣਾ? ਅੱਜ ਤੋਂ ਮਨਦੀਪ ਜੀ ਜੋ 2015 ਦੀ ਕਾਨਫਰੰਸ ਹੋਈ ਸੀ ਨਾ ਜੀ, ਉਹਦੇ ਵਿੱਚ ਗੱਲ ਚੱਲੀ ਸੀਗੀ ਵੀ ਅੱਜ ਕੱਲ੍ਹ ਲੋਕਾਂ ਵਿੱਚ ਕਦਰਾਂ ਕੀਮਤਾਂ ਪਹਿਲਾਂ ਨਾਲੋਂ ਘੱਟ ਗਈਆਂ ਹੈਗੀਆਂ ਵਾ ਜੀ। ਇਹ ਸਾਰੇ ਗੁਣ ਪਹਿਲਾਂ ਲੋਕ ਸਾਂਝੇ ਪਰਿਵਾਰ ਵਿੱਚੋਂ ਜਾਂ ਸਮਾਜ ਵਿੱਚੋਂ ਮਿਲ ਜਾਂਦੇ ਸੀਗੇ ਜੀ, ਪਰ ਹੁਣ ਸਾਂਝੇ ਪਰਿਵਾਰ ਵੀ ਖਤਮ ਹੋ ਰਹੇ ਹੈਗੇ ਆ, ਅਤੇ ਸਮਾਜ ਦੇ ਬੰਦੇ ਨੇ, ਅਤੇ ਕੀ ਅੱਜ ਕੱਲ੍ਹ ਜਿਹੜੇ ਪੇਰੈਂਟਸ ਹੈਗੇ ਆ, ਮਾਪੇ ਵੀ ਹੈਗੇ ਆ, ਉਹ ਵੀ ਆਪਦੇ ਬੱਚੇ ਨਾਲ ਕੁਝ ਗੱਲ ਕਰਨਾ ਜੋ ਦਵਕਾ ਮਾਰਨਾ ਅਤੇ ਉਹ ਔਖਾ ਸਮਝਦੇ ਹੈਗੇ ਆ। ਅਸੀਂ 7 ਭੈਣ ਭਰਾ ਸੀਗੇ, ਮਾਂ ਬਾਪ ਨੇ ਜਦੋਂ ਮਾੜੀ ਜਿਹੀ ਗਲਤੀ ਕਰਨੀ ਜਦੋਂ ਮਰਜ਼ੀ ਉਹਨਾਂ ਕੁੱਟ ਲੈਣਾ, ਅਤੇ ਜਦੋਂ ਆ ਕੇ ਸ਼ਿਕਾਇਤ ਲਾਉਣੀ ਅਤੇ ਟੀਚਰ ਨੇ ਵੀ ਕੁੱਟ ਲੈਣਾ, ਅਤੇ ਉਦੋਂ ਸਮਾਜ ਦੇ ਬੰਦੇ ਵੀ ਤੁਹਾਨੂੰ ਦਬਕਾ ਮਾਰ ਕੇ ਸਿਖਾਲ ਲੈਂਦੇ ਸੀਗੇ। ਹੁਣ ਕੰਮ ਇਕੱਲਾ ਜਿਹਾ ਰਹਿ ਗਿਆ, ਇਸ ਕਰਕੇ ਅਸੀਂ ਸਾਡੀ ਜਿਹੜੀ ਸਭਾ ਹੈਗੀ ਆ ਉਹਨਾਂ ਵੱਲੋਂ ਨੈਤਿਕਤਾ ਦੀਆਂ ਕਿਤਾਬਾਂ ਤਿਆਰ ਕਰਾਈਆਂ ਗਈਆਂ ਸੀਗੀਆਂ, ਉਹਦੇ ਵਿੱਚ ਹੀ ਆਇਆ ਸੀਗਾ ਵੀ ਇੱਕ ਦੂਸਰੇ ਦੀ ਇਨਸਾਨ ਦੀ ਚੰਗੇ ਇਨਸਾਨਾਂ ਦੀ ਕਦਰ ਕਰਨੀ ਚਾਹੀਦੀ ਹੈਗੀ ਆ। ਉਸੇ ਦੇ ਤਹਿਤ ਹੀ ਅਸੀਂ ਇਹ ਸਨਮਾਨ ਸਮਾਰੋਹ ਵੀ ਕਰ ਰਹੇ ਹੈਗੇ ਹਾਂ, ਜਿਨ੍ਹਾਂ ਆਪਣੀ ਜ਼ਿੰਦਗੀ ਵਿੱਚ ਚੰਗੇ ਕੰਮ ਕੀਤੇ ਹੈਗੇ ਆ ਉਹਨਾਂ ਨੂੰ ਮਾਣ ਵੀ ਦੇਣਾ ਚਾਹੀਦਾ ਹੈਗਾ ਅਤੇ ਉਹ ਫੀਲ ਵੀ ਗੁੱਡ ਕਰਨ 'ਚ। ਇਸ ਕਰਕੇ ਅਸੀਂ ਕਰ ਰਹੇ ਸੀਗੇ ਵੀ ਚੰਗੇ ਇਨਸਾਨਾਂ ਦੀ ਕਦਰ ਕਰੋ। ਬਿਲਕੁਲ ਜੀ, ਜਿਵੇਂ ਦਾ ਕਰਪਸ਼ਨ ਜਾਂ ਜਿਵੇਂ ਦਾ ਕਰਪਟ ਸਮਾਜ ਹੋ ਚੁੱਕਿਆ, ਇਹਦੇ ਵਿੱਚ ਜਿਹੜੇ ਅਜੇ ਵੀ ਚੰਗੇ ਇਨਸਾਨ ਨੇ ਜੇ ਉਹਨਾਂ ਨੂੰ ਸਮੇਂ ਸਮੇਂ 'ਤੇ ਇਹੋ ਜਿਹੀ ਐਪਰੀਸੀਏਸ਼ਨ ਮਿਲਦੀ ਰਹੇ ਤਾਂ ਹੌਸਲਾ ਵੱਧਦਾ। ਜਿਵੇਂ ਤੁਸੀਂ ਨੈਤਿਕਤਾ ਦੀ ਗੱਲ ਕੀਤੀ ਹੈ, ਨੈਤਿਕਤਾ ਦੇ ਬਾਰੇ ਵੀ ਤੁਸੀਂ ਕਾਫੀ ਕੰਮ ਕੀਤਾ ਹੈ। ਇਹ ਬਿਲਕੁਲ ਸਹੀ ਹੈ ਜੀ, ਕਰਪਟ ਬੰਦਿਆਂ ਦੀ ਗੱਲ ਕਰਿਆ ਨਾ ਕਰੋ, ਚੰਗੇ ਬੰਦਿਆਂ ਦੀ ਗੱਲ ਕਰਿਆ ਕਰੋ। ਚੰਗੇ ਬੰਦੇ ਬਹੁਤ ਹੈਗੇ ਆ ਜੀ, ਜਿਹੜੇ ਕਰਪਟ ਬੰਦੇ ਹੈਗੇ ਆ ਵੱਧ ਤੋਂ 2-4-5% ਤੋਂ ਵੱਧ ਨਹੀਂ ਹੋਣੇ ਜੀ, ਪਰ ਉਹ ਕਿਉਂਕਿ ਖਬਰਾਂ ਜ਼ਿਆਦਾ ਰਹਿੰਦੇ ਹੋਣ ਕਰਕੇ ਚਰਚਾ ਉਹਨਾਂ ਦੀ ਜ਼ਿਆਦਾ ਹੁੰਦੀ ਹੈ। ਅਦਰਵਾਈਜ਼ ਜਿਹੜੀ ਦੁਨੀਆ ਚੱਲ ਰਹੀ ਹੈਗੀ ਆ, ਜਿਹੜਾ ਵੀ ਦੇਸ਼ ਚੱਲ ਰਿਹਾ ਹੈਗਾ, ਚੰਗੇ ਇਨਸਾਨਾਂ ਦੇ ਸਿਰ ਤੇ ਹੀ ਚੱਲ ਰਿਹਾ ਹੈਗਾ, ਅਤੇ ਚੰਗੇ ਇਨਸਾਨ ਬਹੁਤ ਹੈਗੇ ਆ, ਅਤੇ ਇਸ ਕਰਕੇ ਉਹਨਾਂ ਨੂੰ ਪਾਲਣ ਦੀ ਲੋੜ ਆ ਅਤੇ ਉਹਨਾਂ ਦੀ ਕਦਰ ਕਰਨ ਦੀ ਲੋੜ ਆ ਜੀ। ਨੈਤਿਕਤਾ ਦੀ ਗੱਲ ਅਸੀਂ ਕਰ ਰਹੇ ਸੀ, ਨੈਤਿਕ ਕਦਰਾਂ ਕੀਮਤਾਂ ਦੇ, ਤੁਸੀਂ ਜੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਇੱਕ ਬੁੱਕ ਵੀ ਤੁਸੀਂ ਲਾਂਚ ਕਰਵਾਈ ਸੀ, ਉਹ ਪੜ੍ਹਾਈ ਵੀ ਜਾ ਰਹੀ ਹੈ, ਤਾਂ ਕੀ ਰਿਸਪਾਂਸ ਮਿਲ ਰਿਹਾ ਤੁਹਾਨੂੰ ਉਸ ਖੇਤਰ ਦੇ ਵਿੱਚ ਨੈਤਿਕਤਾ ਦੇ ਖੇਤਰ? ਉਹ ਮਨਦੀਪ ਜੀ, ਉਹ ਅਸੀਂ ਉਦੋਂ ਜਿਹੜੀ ਸੀਗੀ ਵਰਲਡ ਪੰਜਾਬੀ ਵਿਕਾਸ ਕਾਨਫਰੰਸ ਸਾਹ ਜਗਜੀਤ ਸਿੰਘ ਜੀ ਦਰਦੀ ਹੁਣਾਂ ਦੇ ਸਹਿਯੋਗ ਦੇ ਨਾਲ ਪਟਿਆਲੇ ਦੇ ਵਿੱਚ ਕਰਵਾਈ ਸੀਗੀ, ਅਤੇ ਉਦੋਂ ਮਹਾਰਾਣੀ ਜੀ ਵੀ ਆਏ ਸੀਗੇ, ਅਤੇ ਉਹਨਾਂ ਦੀ ਮਿਹਰਬਾਨੀ ਕਰਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 6ਵੀਂ ਤੋਂ ਲੈ ਕੇ 10ਵੀਂ ਤੱਕ ਨੈਤਿਕ ਸਿੱਖਿਆ ਦਾ ਪੀਰੀਅਡ ਲਾਤਾ ਸੀਗਾ। ਕਿਤਾਬ ਨਹੀਂ ਕੋਈ ਲਾਈ, ਕਿਤਾਬ ਤਾਂ ਮੇਰੇ ਖਿਆਲ ਹਜੇ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਕੋਈ ਨਹੀਂ ਤਿਆਰ ਨਹੀਂ ਕਰਵਾਈ, ਅਤੇ ਨਾ ਕੋਈ ਹਜੇ ਤੱਕ ਟੀਚਰਾਂ ਨੂੰ ਕੋਈ ਟ੍ਰੇਨਿੰਗ ਦਵਾਈ ਹੈਗੀ ਆ, ਅਤੇ ਉਹਦੇ ਲਈ ਐਸ ਕੇ ਅਸੀਂ ਟਰਾਈ ਕਰ ਰਹੇ ਹੈਗੇ ਹਾਂ। ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ, ਪੰਜਾਬ ਸਰਕਾਰ ਨਾਲ, ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਆਪਣੀ ਕਿਤਾਬ ਦਈਏ, ਦਿਖਾਲੀਏ ਵੀ ਇਸ ਕਿਤਾਬ ਦੇ ਮੁਤਾਬਕ ਤੁਸੀਂ ਆਪਣੀ ਕਿਤਾਬ ਤਿਆਰ ਕਰਵਾ ਸਕਦੇ ਹੋ, ਸਾਡੀ ਨਹੀਂ, ਸਾਡੀ ਕਿਤਾਬ ਹੀ ਲਾਉਣੀ ਆ, ਤੁਸੀਂ ਇਹਦੇ ਮੁਤਾਬਕ ਕੋਈ ਹੋਰ ਕਿਤਾਬ ਤਿਆਰ ਕਰਵਾ ਲਓ, ਅਤੇ ਘੱਟੋ ਘੱਟ ਨਾਲ ਟੀਚਰਾਂ ਨੂੰ
ਇੱਕ ਟ੍ਰੇਨ ਉਹਨਾਂ ਦੀਆਂ ਵਰਕਸ਼ਾਪਾਂ ਲਾ ਕੇ ਉਹਨਾਂ ਨੂੰ ਟ੍ਰੇਨਡ ਕਰਕੇ ਬਿਲਕੁਲ ਜੀ, ਜੇ ਪੀਰੀਅਡ ਲੱਗ ਰਿਹਾ ਤਾਂ ਪੀਰੀਅਡ ਵਿੱਚ ਪੜ੍ਹਾਇਆ ਕੀ ਜਾਣਾ, ਇਹ ਵੀ ਤਾਂ ਔਰਗੇਨਾਈਜ਼ ਕੀਤਾ ਜਾਣਾ ਚਾਹੀਦਾ ਹੈ। ਟੀਚਰ ਦੱਸਣਗੇ ਕਿ ਇਸ ਪੀਰੀਅਡ ਦੇ ਵਿੱਚ ਬਕਾਇਦਾ ਸਿਲੇਬਸ ਹੋਣਾ ਚਾਹੀਦਾ। ਪਿਛਲੀ ਵਾਰੀ ਮਨਦੀਪ ਜੀ ਮੈਂ ਇੱਥੇ ਕੁਛ ਅਧਿਆਪਕਾਂ ਦੇ ਸੈਮੀਨਾਰ ਜੇ ਲਾਏ ਜੀ, ਤੇ ਮੈਂ ਕੱਲ ਅੱਧੇ ਅਧਿਆਪਕਾਂ ਨੇ ਹੱਥ ਨਹੀਂ ਖੜਾ ਕੀਤਾ ਸੀਗਾ ਵੀ ਅਸੀਂ ਨੈਤਿਕਤਾ ਦਾ ਨਾਮ ਵੀ ਕਦੀ ਸੁਣਿਆ ਹੈਗਾ ਜੀ, ਕਿਉਂਕਿ ਸਬਜੈਕਟ ਬਿਲਕੁਲ ਨਵਾਂ ਵਾ ਜੀ। ਅੱਜ ਤੱਕ ਇਹਦੀ ਕੋਈ ਵੀ ਕਿਤਾਬ ਨਹੀਂ ਛਪੀ, ਜੇ ਨਹੀਂ ਛਪੀ ਤਾਂ ਉਹਦੀ ਲੋੜ ਵੀ ਨਹੀਂ ਸੀਗੀ। ਜਿਵੇਂ ਤੁਸੀਂ ਕਹਿ ਰਹੇ ਸੀ ਵੀ ਮਾਂ ਬਾਪ ਤੇ ਸਮਾਜ ਵਾਲੇ ਲੋਕ ਹੀ ਸਿਖਾ ਦਿੰਦੇ ਸੀ, ਹਾਂ ਪਹਿਲੇ ਜ਼ਮਾਨੇ ਸਿਖਾਉਂਦੇ ਸੀਗੇ, ਹੁਣ ਅੱਜ ਕੱਲ ਉਹ ਗੱਲ ਖਤਮ ਹੋ ਚੁੱਕੀ ਆ, ਸਾਂਝੇ ਪਰਿਵਾਰ ਵੀ ਖਤਮ ਹੋ ਗਏ ਆ, ਸਮਾਜ ਦਾ ਬੰਦਾ ਵੀ ਕੋਈ ਹਿੱਸਾ ਤੁਹਾਡੇ 'ਚ ਤੁਹਾਨੂੰ ਇੰਟਰਫੀਅਰ ਨਹੀਂ ਕਰ ਸਕਦਾ। ਹਰੇਕ ਬੰਦਾ ਕਹਿੰਦਾ ਮੈਨੂੰ ਆਪਣੀ ਆਜ਼ਾਦੀ ਹੈਗੀ ਆ, ਕਿਸੇ ਦੀ ਆਜ਼ਾਦੀ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਇਸੇ ਕਰਕੇ ਹੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਹੁਣ ਨੈਤਿਕ ਸਿੱਖਿਆ ਦੇਣੀ ਚਾਹੀਦੀ ਹੈਗੀ ਆ, ਅਤੇ ਇਹ ਇੱਕ ਪੰਜਾਬ ਗੌਰਮੈਂਟ ਨੇ ਸ਼ੁਰੂ ਕਰ ਵੀ ਦਿੱਤੀ ਹੈਗੀ ਆ, ਅਤੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਸਕੂਲਾਂ ਦੇ ਵਿੱਚ ਨੈਤਿਕ ਸਿੱਖਿਆ ਦਿੱਤੀ ਜਾਵੇ ਜੀ। ਤੁਹਾਨੂੰ ਐਜੂਕੇਸ਼ਨ ਇੰਸਟੀਚਿਊਟਸ ਵੱਲੋਂ ਕਿਹੋ ਜਿਹਾ ਹੁੰਗਾਰਾ ਮਿਲ ਰਿਹਾ ਜੋ ਤੁਸੀਂ ਇਹੋ ਜਿਹਾ ਕੰਮ ਕਰਦੇ ਹੋ, ਨੈਤਿਕਤਾ ਦੀ ਪ੍ਰਮੋਸ਼ਨ ਕਰਨ ਦਾ ਯਤਨ ਕਰਦੇ ਹੋ? ਮੈਂ ਤਾਂ ਆਏ ਨੂੰ ਥੋੜ੍ਹੇ ਦਿਨ ਹੋਏ ਹੈਗੇ ਆ ਜੀ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀਆਂ ਖਾਲਸਾ ਇਹ ਕਾਲਜ ਪਬਲਿਕ ਸਕੂਲ ਅੰਮ੍ਰਿਤਸਰ ਦਾ ਜੀ, ਉਹਨਾਂ ਨੇ ਜਦੋਂ ਮੈਂ ਰਜਿੰਦਰ ਮੋਹਨ ਸਿੰਘ ਜੀ ਛੀਨਾ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕਰ ਰਹੇ ਹੈਗੇ ਹਾਂ ਜੀ, ਅਤੇ ਉਹਨਾਂ ਨੇ ਆਪਣੇ ਸਾਰੇ ਪੰਜਾਂ ਸਕੂਲਾਂ ਦੇ ਵਿੱਚ 11:30 ਵਜੇ ਛੁੱਟੀ ਕਰਕੇ ਅਤੇ ਸਾਰੇ ਅਧਿਆਪਕ ਤਕਰੀਬਨ 250 ਤੋਂ ਲੈ ਕੇ 300 ਤੱਕ ਅਧਿਆਪਕ ਸੀਗੇ, ਉਹਨਾਂ ਨੂੰ ਵਰਕਸ਼ਾਪ ਲਾਈ, ਅਤੇ ਉਹਨਾਂ ਨੂੰ ਜੇ 2 ਘੰਟੇ ਜਿਹੜੀ ਵਰਕਸ਼ਾਪ ਲਾਈ ਹੈਗੀ ਆ, ਨਾ ਕਿਸੇ ਬੰਦੇ ਦੀ ਸਿਫਤ ਸੀਗੀ ਅਤੇ ਨਾ ਹੋਰ ਕਿਸੇ ਦੇ ਵਧਾਈਆਂ ਸੀਗੀਆਂ, ਸਿਰਫ ਅਤੇ ਸਿਰਫ ਨੈਤਿਕਤਾ ਦੀ ਕਿਤਾਬ ਬਾਰੇ ਹੀ ਦੱਸਿਆ ਗਿਆ ਜੀ। ਇਹ ਕਿਉਂਕਿ ਪਿਛਲੀ ਵਾਰੀ ਅਸੀਂ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਸੀਗੀ, ਉਹਨਾਂ ਦੇ ਇਮਤਿਹਾਨ ਲਏ, ਉਹਨਾਂ ਦੇ ਭਾਸ਼ਣ ਮੁਕਾਬਲੇ ਵੀ ਕਰਾਏ, ਅਤੇ ਐਤਕੀ ਅਸੀਂ ਉਹ ਕੰਮ ਬੰਦ ਕਰ ਦਿੱਤਾ, ਕਿਉਂਕਿ ਬੱਚਿਆਂ ਦੀ ਬਜਾਏ ਗੱਲ ਥੋੜ੍ਹੇ ਦੂਰ ਤੱਕ ਜਾਊਗੀ ਜੇ ਅਸੀਂ ਅਧਿਆਪਕਾਂ ਨੂੰ ਪੜ੍ਹਾ ਜਾਈਏ। ਮਨਦੀਪ ਜੀ, ਇੱਕ ਅਧਿਆਪਕ ਜਿੰਨਾ ਸਾਲ ਵੀ ਉਹ ਨੌਕਰੀ ਕਰੂਗਾ, ਜੇ ਹਰ ਰੋਜ਼ ਵੀ ਉਹ ਬੱਚਿਆਂ ਨੂੰ ਪੜ੍ਹਾਊਗਾ, ਅਤੇ ਕਿੰਨੇ ਜੇ 40 ਬੱਚਿਆਂ ਦੀ ਇੱਕ ਕਲਾਸ ਲਾਉਂਦਾ ਹੈਗਾ ਹਰ ਰੋਜ਼, ਅਤੇ ਦੇਖੋ ਜੀ ਜਿੰਨੀ ਉਮਰ ਤੱਕ ਉਹਨੇ 58 ਸਾਲ ਦੀ ਉਮਰ ਤੱਕ ਪੜ੍ਹਾਉਣਾ ਹੈਗਾ ਵਾ, ਅਤੇ ਉਹਨੇ ਤੇਰੀ ਉਹ ਬੱਚਿਆਂ ਨੂੰ ਇਹ ਪੜ੍ਹਾਊਗਾ ਜੀ। ਇਸ ਕਰਕੇ ਅਸੀਂ ਫੋਕਸ ਹੀ ਕਰ ਰਹੇ ਹੈਗੇ ਹਾਂ ਵੀ ਅਸੀਂ ਵਰਕਸ਼ਾਪ ਲਾਈਏ, ਟੀਚਰਾਂ ਦੀਆਂ ਵਰਕਸ਼ਾਪ ਲਾਈਏ, ਜਿਹਦੇ ਵਿੱਚ ਜਿਵੇਂ ਉਹਨਾਂ ਨੇ ਇਹ ਕਰਾਇਆ ਹੈਗਾ, ਇਸੇ ਤਰੀਕੇ ਨਾਲ ਅਸੀਂ ਬਹੁਤ ਬੀ ਐੱਡ ਕਾਲਜਾਂ ਨਾਲ ਸੰਬੰਧ ਕਰ ਰਹੇ ਹੈਗੇ ਹਾਂ, ਚੀਫ ਖਾਲਸਾ ਦੀਵਾਨ ਦੇ ਨਾਲ ਅਸੀਂ ਸੰਪਰਕ ਕੀਤਾ ਹੈਗਾ ਵਾ, ਉਹ ਉਹਨਾਂ ਦੇ ਵੀ 4,000 ਤੋਂ ਵੱਧ ਅਧਿਆਪਕ ਹੈਗੇ ਆ, ਅਤੇ 40,000 ਤੋਂ ਵੱਧ ਉਹਨਾਂ ਕੋਲ ਵਿਦਿਆਰਥੀ ਹੈਗੇ ਆ। ਸਾਧ ਨਿਰਮਲ ਸਿੰਘ ਜੀ ਹੁਣਾਂ ਨੇ ਸਾਡਾ ਵਾਅਦਾ ਵੀ ਕੀਤਾ ਹੈਗਾ ਵਾ ਵੀ ਉਹ ਕਿਤਾਬ ਜਿਹੜੀ ਹੈਗੀ ਆ 40,000 ਬੱਚੇ ਨੂੰ ਹੀ ਪੜ੍ਹਵਾਉਣਗੇ, ਅਤੇ ਅਧਿਆਪਕਾਂ ਨੂੰ ਉਹ ਪੂਰਾ ਟ੍ਰੇਨਡ ਕਰਵਾਉਣਗੇ। ਇਸੇ ਤਰੀਕੇ ਨਾਲ ਹੀ ਐਸ ਜੀ ਪੀ ਸੀ ਉਹਨਾਂ ਦੇ ਜਿੰਨੇ ਵੀ ਸਰ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ ਨਾਲ ਬੇਨਤੀ ਕੀਤੀ ਸੀਗੀ, ਅਤੇ ਉਹਨਾਂ ਦੇ ਡਾਇਰੈਕਟਰ ਮੈਡਮ ਜਿਹੜੇ ਹੈਗੇ ਆ ਉਹਨਾਂ ਦੇ ਨਾਲ, ਧਾਲੀਵਾਲ ਮੈਡਮ ਤੇਜਿੰਦਰ ਕੌਰ ਜੀ, ਇਹ ਉਹਨਾਂ ਨਾਲ ਹੀ ਮੁਲਾਕਾਤ ਰੱਖੀ ਹੈਗੀ ਆ। ਇਹ ਇਸ ਕਰਕੇ ਲੱਗਦਾ ਹੈਗਾ ਵਾ ਇਹ ਸੇਂਟ ਸੋਲਜਰ ਜਿਹੜੇ ਇੰਸਟੀਚਿਊਟ ਹੈਗੇ ਆ ਜਲੰਧਰ ਵਾਲੇ ਅਨਿਲ ਚੋਪੜਾ ਜੀ, ਉਹਨਾਂ ਨਾਲ ਵੀ ਗੱਲ ਕੀਤੀ ਆ। ਮੇਰੇ ਖਿਆਲ ਹੈਗਾ ਵੀ ਐਤਕੀ ਅਸੀਂ ਅਧਿਆਪਕਾਂ ਨੂੰ ਵਰਕਸ਼ਾਪਾਂ ਲਾ ਕੇ ਉਹਨਾਂ ਨੂੰ ਟ੍ਰੇਨਡ ਕਰਕੇ ਜੇ ਅਸੀਂ ਨੈਤਿਕਤਾ ਦੀ ਸਾਰੀਆਂ ਕੈਟਾਗਰੀ, ਸਾਡੀ ਕਿਤਾਬ ਦੇ ਵਿੱਚ ਇੱਕ ਹੋਰ ਮਨਜੀਤ ਦੱਸਾਂ, ਕੋਈ ਨਵੀਂ ਚੀਜ਼ ਨਹੀਂ ਸੀ ਕੋਈ ਤਿਆਰ ਕੀਤੀ, ਆਲਰੇਡੀ ਇਹ ਸਮਾਜ ਦੇ ਵਿੱਚ ਹੈਗੀ ਆ, ਅਸੀਂ ਤਾਂ ਇਹਨੂੰ ਇੱਕ ਤਰਤੀਬੰਦ ਕੀਤਾ ਹੈਗਾ ਵਿੱਚ ਨੈਤਿਕਤਾ ਦੀ ਪਰਿਭਾਸ਼ਾ, ਕਿੰਨੀਆਂ ਸ਼੍ਰੇਣੀਆਂ ਹੈਗੀਆਂ ਨੈਤਿਕਤਾ ਦੀਆਂ, ਅਤੇ ਅਸੀਂ 30 ਦੁਨੀਆਂ ਦੇ ਵਿਦਵਾਨਾਂ ਦੇ ਕੋਲੋਂ ਛੋਟੇ ਛੋਟੇ ਲੇਖ ਲਿਖਵਾਏ ਹੈਗੇ ਆ, ਅਤੇ 30 ਤੋਂ ਲਾਗੇ ਇੱਕ ਕਹਾਣੀਆਂ ਹੈਗੀਆਂ ਜਿਹੜੀਆਂ ਡਾਇਰੈਕਟਲੀ ਕਿਸੇ ਨੈਤਿਕਤਾ ਦੀ ਸ਼੍ਰੇਣੀ ਨਾਲ ਸੰਬੰਧ ਰੱਖਦੀਆਂ ਹੈਗੀਆਂ। ਬਹੁਤ ਵਧੀਆ ਕਿਤਾਬ ਹੈਗੀ ਆ, ਮੈਨੂੰ ਤਾਂ ਕਈ ਵਾਰ ਲੱਗਦਾ ਹੁੰਦਾ ਇਹ ਬਾਈਬਲ ਵਰਗੀ ਕਿਤਾਬ ਹੈਗੀ ਆ, ਬੜੀ ਸੋਹਣੀ ਕਿਤਾਬ ਹੈ। ਬਿਲਕੁਲ ਜੀ, ਸਮਾਜ ਦੀ ਜਿਹੜੀ ਲੋੜ ਹੈ ਉਹ ਵੀ ਹੈ। ਤੁਸੀਂ ਐਜੂਕੇਸ਼ਨ ਸਿਸਟਮ 'ਤੇ ਜ਼ਿਆਦਾ ਗੱਲ ਕਰਦੇ ਹੋ, ਜੇ ਵਰਲਡ ਪੰਜਾਬੀ ਕਾਨਫਰੰਸ ਦੀ ਵੀ ਗੱਲ ਕਰੀਏ ਜਿਹੜੀ 2019 ਵਿੱਚ ਹੁਣੇ ਕਰਵਾਈ ਸੀ ਤੁਸੀਂ 28, 29 ਅਤੇ 30 ਜੂਨ ਨੂੰ, ਉਦੋਂ ਵੀ ਤੁਸੀਂ ਇਹੋ ਜਿਹੇ ਰੈਜੋਲਿਊਸ਼ਨ ਪਾਸ ਕੀਤੇ ਕਿ ਐਜੂਕੇਸ਼ਨ ਸਿਸਟਮ ਵਿੱਚ ਸੁਧਾਰ ਕਿਵੇਂ ਹੋਵੇ। ਤੁਸੀਂ ਸਮਝਦੇ ਹੋ ਕਿ ਸਿੱਖਿਆ ਦੇ ਰਾਹੀਂ ਹੀ ਜਿਹੜਾ ਸਮਾਜ ਦਾ ਢਾਂਚਾ ਜਿਹੜਾ ਉਹ ਸੁਧਰ ਸਕਦਾ? ਸਿੱਖਿਆ ਦੇ ਰਾਹੀਂ ਢਾਂਚਾ ਸੁਧਰਨਾ, ਅਤੇ ਅੱਜ ਤੋਂ ਮੈਂ 70 ਸਾਲ ਜਿੰਨਾ ਚਿਰ ਵੀ ਦੇਸ਼ ਆਜ਼ਾਦ 72 ਸਾਲ ਹੋ ਗਏ ਹੈਗੇ ਆ, ਉਹਦਾ ਇਹੋ ਸੁਣ ਰਿਹਾ ਹੈਗਾ ਵੀ ਜਿਹੜਾ ਐਜੂਕੇਸ਼ਨ ਸਿਸਟਮ ਸਾਡਾ ਕਲਰਕ ਪੈਦਾ ਕਰਦਾ ਜੀ, ਅਤੇ ਅੱਜ ਇੱਕ ਮੁੰਡਾ MA ਵੀ ਕਰ ਲਵੇ ਜਾਂ ਕੁੜੀ ਵੀ MA ਕਰ ਲਵੇ, MPhil ਵੀ ਕਰ ਲਵੇ, PhD ਵੀ ਕਰ ਲਵੇ, ਮੁੜ ਕੇ ਜੋ 30-35 ਹਜ਼ਾਰ ਦੀ ਇੱਕ ਪੱਕੀ ਚੌਂਕੀਦਾਰ ਦੀ ਨੌਕਰੀ ਨਿਕਲਦੀ ਹੈ ਅਤੇ ਉਹਦੇ ਲਈ ਅਪਲਾਈ ਕਰਦੇ ਆ, ਬਿਲਕੁਲ ਇਹ 'ਚ ਕਿਤੇ ਨਾ ਕਿਤੇ ਨੁਕਸ ਤਾਂ ਹੈਗਾ ਹੀ ਆ, ਰਿਐਲਿਟੀ ਹੈ ਜੀ। ਗੋਰਿਆਂ ਨੂੰ ਇੱਥੋਂ ਗਿਆ ਨੂੰ ਬਹੁਤ ਸਾਲ ਹੋ ਗਏ ਹੈਗੇ ਆ, ਜੇ ਤੁਸੀਂ ਸਮਝਦੇ ਵਿੱਚ ਨੁਕਸ ਹੈਗਾ ਸਾਨੂੰ ਠੀਕ ਕਰਨਾ ਹੀ ਚਾਹੀਦਾ ਹੈਗਾ। ਉਹਦੇ ਲਈ ਹੈ ਕਿ ਵਰਲਡ ਪੰਜਾਬੀ ਕਾਨਫਰੰਸ 'ਚ ਪਹਿਲਾਂ ਇੱਕ ਰੈਜੂਲੇਸ਼ਨ ਦਾ ਪਾਸ ਕੀਤਾ ਸੀਗਾ, ਇਹ ਸੀਗਾ ਵੀ ਇਹਦਾ ਮੁੱਢੋਂ ਹੀ ਢਾਂਚਾ ਬਦਲ ਦੇਣਾ ਚਾਹੀਦਾ। ਸਭ ਤੋਂ ਪਹਿਲਾਂ ਲੈਂਗੁਏਜ ਜ਼ਰੂਰ ਸਿਖਾਲੋ, ਪੰਜਾਬੀ ਭਾਸ਼ਾ ਸਿਖਾਲੋ, ਇੰਗਲਿਸ਼ ਸਿਖਾਲੋ, ਸਾਨੂੰ ਇਹ ਭਾਸ਼ਾਵਾਂ ਦੀ ਲੋੜ ਹੈਗੀ ਆ। ਜਿਹੜੀ ਆਪਣੀ ਸਿੱਖਿਆ ਹੁੰਦੀ ਹੈਗੀ ਆ ਬੰਦਾ ਆਪਣੀ ਮਾਤ ਭਾਸ਼ਾ ਵਿੱਚ ਸੌਖੀ ਸਿੱਖ ਲੈਂਦਾ,
ਬਿਲਕੁਲ ਜਿਹੜਾ ਅੰਗਰੇਜ਼ੀ ਵਿੱਚ ਜਿਹੜੀ ਮੁੱਢਲੀ ਸਿੱਖਿਆ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਕੰਮ ਗਲਤ ਹੋ ਰਿਹਾ। ਬਿਲਕੁਲ ਜੀ, ਤੁਸੀਂ ਜਿਹੜਾ ਗਿਆਨ ਦੇਣਾ ਹੈਗਾ ਉਹ ਮੁੱਢਲੀ ਭਾਸ਼ਾ ਆਪਦੀ ਮਾਤ ਭਾਸ਼ਾ ਰਾਹੀਂ ਦਿਓ, ਦੂਸਰੀ ਭਾਸ਼ਾ ਨੂੰ ਭਾਸ਼ਾ ਦੇ ਤੌਰ 'ਤੇ ਸਿੱਖ ਲਓ। ਕੋਈ ਬੰਦਾ 1 ਸਾਲ 'ਚ ਸਿੱਖ ਲੂਗਾ, 2 ਸਾਲ 'ਚ ਸਿੱਖ ਲੂਗਾ, ਜਿਹੜਾ ਦੂਸਰੀ ਭਾਸ਼ਾ ਦੇ ਵਿੱਚ ਤੁਸੀਂ ਗਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਗਲਤ ਹੈਗਾ, ਅਧੂਰਾ ਗਿਆਨ ਬਣ ਜਾਂਦਾ ਜੀ, ਕਿਉਂਕਿ ਉਹਨੂੰ ਸਮਝਣਾ ਹੀ ਪੋਸੀਬਲ ਨਹੀਂ ਹੁੰਦਾ ਤੇ ਉਹਨੂੰ ਜੀਵਨ ਵਿੱਚ ਢਾਲਣਾ ਤਾਂ ਹੋਰ ਵੀ ਔਖਾ ਹੋ ਜਾਂਦਾ। ਉਹਦਾ ਬੱਚਿਆਂ 'ਚ ਵੀ ਡਿਪਰੈਸ਼ਨ ਹੈ ਬਿਲਕੁਲ, ਤੇ ਘਰਦਿਆਂ ਦੇ ਉੱਪਰ ਵੀ ਫਾਈਨੈਂਸ਼ੀਅਲੀ ਬੋਝ ਹੈਗਾ ਜੀ। ਇਸ ਕਰਕੇ ਅਸੀਂ ਇਹ ਢਾਂਚਾ ਗੌਰਮੈਂਟ ਨੂੰ ਵੀ ਕੋਸ਼ਿਸ਼ ਕਰਾਂਗੇ, ਇੰਸਟੀਚਿਊਟ ਜਿੰਨੇ ਬੰਦਿਆਂ ਨੂੰ ਕੋਸ਼ਿਸ਼ ਕਰ ਰਹੇ ਹੈਗੇ ਆ ਜੀ, ਇਹਨਾਂ ਦੇ ਨਾਲ ਨਾਲ ਕੋਈ ਟੈਕਨੀਕੀ ਜਿਹੜੇ ਜਿਵੇਂ ਕੋਈ ਪਲੰਬਰ ਬਣ ਸਕਦਾ ਹੋਵੇ ਜੀ, ਕੋਈ ਇਲੈਕਟ੍ਰੀਸ਼ੀਅਨ ਬਣ ਸਕਦਾ ਹੋਵੇ, ਕੋਈ ਨਾ ਕੋਈ ਹੱਥੀਂ ਕੰਮ ਕਰਨਾ ਚਾਹੀਦਾ ਹੈਗਾ ਵਾ, ਕਿਉਂਕਿ ਜਿਹਨੂੰ ਬੰਦੇ ਨੂੰ ਹੱਥੀਂ ਕੰਮ ਕਰਨਾ ਆਉਂਦਾ ਹੋਵੇ ਉਹ ਫਿਰ 1 ਸਾਲ ਪੜ੍ਹਨ ਤੋਂ ਬਾਅਦ ਫਿਰ ਛੋਟੀ ਨੌਕਰੀ ਦੀ ਤਵੱਕੋ ਨਹੀਂ ਕਰਦਾ। ਬਿਲਕੁਲ, ਤੇ ਇੱਕ ਵਾਰੀ ਬੰਦੇ ਨੇ ਕਰਿਆ ਹੈਗਾ, ਅਸੀਂ ਤਾਂ ਕਹਿੰਦੇ DC ਬਣਨਾ ਚਾਹੁੰਦੇ ਤੇ ਤੂੰ ਸਾਨੂੰ ਪਲੰਬਰ ਬਣਾਈ ਜਾਂਦਾ, ਇਲੈਕਟ੍ਰੀਸ਼ੀਅਨ ਬਣਾਈ ਜਾਂਦਾ ਹੈਗਾ ਵਾ, ਤੇ ਉਹਨਾਂ ਨੂੰ ਮੈਂ ਗੱਲ ਕੀਤੀ ਸੀ ਵੀ ਇੱਕ ਜੇ DC ਸਾਹਿਬ ਲੱਗੇ ਹੋਏ ਹੈਗੇ ਆ, ਜੇ ਘਰ ਦਾ ਆਪਦਾ ਬਲਬ ਉਹ ਬਦਲ ਉਹਨਾਂ ਨੂੰ ਬਦਲਣਾ ਆਉਂਦਾ ਹੋਵੇ ਤਾਂ ਉਹ ਨੁਕਸਾਨ ਨਹੀਂ ਹੋਣ ਲੱਗਾ ਕੁਛ ਜੀ। ਬਿਲਕੁਲ, ਹਰੇਕ ਪੰਜਾਬੀ ਨੂੰ ਹੱਥੀਂ ਕੰਮ ਕਰਨਾ ਚਾਹੀਦਾ, ਪੰਜਾਬੀਆਂ ਨੇ ਤਰੱਕੀ ਕੀਤੀ ਆ ਹੱਥੀਂ ਕੰਮ ਕਰਕੇ ਕੀਤੀ ਆ, ਤੇ ਹੁਣ ਜਿਹੜਾ ਇਹ ਡਾਊਨਫਾਲ ਥੋੜ੍ਹਾ ਜਿਹਾ ਆ ਰਿਹਾ ਹੈਗਾ ਉਹ ਹੱਥੀਂ ਨਾ ਕੰਮ ਕਰਕੇ ਆ ਰਿਹਾ। ਬਿਲਕੁਲ ਜੀ, ਜੇ ਕਿਸੇ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਵਿੱਦਿਆ ਪ੍ਰਣਾਲੀ ਦੇ ਵਿੱਚ ਹੱਥੀਂ ਕੰਮ ਕਰਨਾ ਨਾਲ ਬੱਚਿਆਂ ਨੂੰ ਸਿਖਾਲ ਦਈਏ ਤੇ ਕੱਲ੍ਹ ਨੂੰ ਉਹ ਇੰਨਾ ਪੜ੍ਹ ਕੇ ਨਿੱਕੀਆਂ ਨਿੱਕੀਆਂ ਨੌਕਰੀਆਂ ਦੀ ਤਵੱਕੋ ਨਾ ਕਰਨ, ਉਹ ਸੈਲਫ ਇੰਪਲਾਇਡ ਹੋ ਕੇ ਸਵੈ ਰੁਜ਼ਗਾਰ ਕਮਾ ਕੇ ਬੜਾ ਵਧੀਆ ਆਪਦਾ ਜੀਵਨ ਗੁਜ਼ਾਰ ਸਕਦੇ ਹੈਗੇ ਆ। ਇਹਦੇ ਲਈ ਅਸੀਂ ਕੋਸ਼ਿਸ਼ ਜ਼ਰੂਰ ਕਰ ਰਹੇ ਹੈਗੇ ਹਾਂ ਵੀ ਕਿਸੇ ਤਰੀਕੇ ਨਾਲ ਜਿਹੜਾ ਇਹ ਢਾਂਚਾ ਜਿਹੜਾ ਹੈਗਾ ਵਾ ਕਿ ਉਹ ਬੰਦਾ ਅੱਜ ਤੋਂ 20 ਸਾਲ ਪੜ੍ਹ ਕੇ 25 ਸਾਲ ਪੜ੍ਹ ਕੇ ਮੁੜ ਕੇ ਜੇ ਇਹ 10,000 ਦੀ ਜਾਂ 15,000 ਰੁਪਏ ਦੀ ਨੌਕਰੀ ਭਾਲਣੀ ਹੈਗੀ ਆ, ਉਹਦੇ ਨਾਲੋਂ ਜੇ ਉਹ ਹੱਥੀਂ ਕੰਮ ਸਿੱਖਿਆ ਹੋਵੇ ਤਾਂ ਬੜਾ ਵਧੀਆ ਰੁਜ਼ਗਾਰ ਕਮਾ ਸਕਦਾ ਹੈਗਾ। ਹੁਣ ਤੱਕ ਤੁਸੀਂ ਕਿੰਨੀਆਂ ਵਰਲਡ ਪੰਜਾਬੀ ਕਾਨਫਰੰਸ ਆਰਗੇਨਾਈਜ਼ ਕਰ ਚੁੱਕੇ ਹੋ? ਇਹ ਮਨਦੀਪ ਜੀ, ਹੁਣ ਤੱਕ 5 ਵਰਲਡ ਪੰਜਾਬੀ ਕਾਨਫਰੰਸਾਂ ਹੋ ਚੁੱਕੀਆਂ ਜਿਹੜੀਆਂ ਇਕੱਲੀਆਂ ਕੈਨੇਡਾ ਦੇ ਵਿੱਚ ਬ੍ਰੈਂਪਟਨ ਜਾਂ ਮਿਸੀਸਾਗਾ ਸ਼ਹਿਰ ਦੇ ਵਿੱਚ ਅਸੀਂ ਕਰਵਾਈਆਂ ਹੈਗੀਆਂ ਜੀ। ਇਹ ਵਰਲਡ ਪੰਜਾਬੀ ਕਾਨਫਰੰਸਾਂ ਦੀ ਆਊਟਪੁੱਟ ਕੀ ਨਿਕਲਦੀ ਹੈ? ਸੁਣਿਆ ਕਿ ਤਾਂ ਬੜੀਆਂ ਡਿਸਿਪਲਿਨ ਹੁੰਦੀਆਂ ਨੇ, ਬੜੇ ਉੱਥੇ ਵਿਦਵਾਨ ਪਹੁੰਚਦੇ ਨੇ, ਫਿਰ ਉਹਨਾਂ ਦਾ ਤੁਸੀਂ ਰਿਜ਼ਲਟ ਕੀ ਦੇਖਦੇ ਹੋ ਹੁਣ ਤੱਕ ਜਿੰਨੀਆਂ ਵੀ ਕਰਵਾਈਆਂ ਨੇ? ਇਹ ਹੁਣ ਤੱਕ ਅਸੀਂ ਸਭ ਤੋਂ ਪਹਿਲੀ ਜਿਹੜੀ ਸਾਡੀ ਵਰਲਡ ਪੰਜਾਬੀ ਕਾਨਫਰੰਸ ਸੀ ਉਹ 2009 ਦੇ ਵਿੱਚ ਹੋਈ ਸੀਗੀ ਜੀ, ਅਤੇ ਉਦੋਂ ਤਕਰੀਬਨ 35 ਵਿਦਵਾਨ ਜਿਹੜੇ ਬਾਹਰਲੇ ਦੇਸ਼ਾਂ ਤੋਂ ਗਏ ਸੀਗੇ। ਉਸ ਤੋਂ ਬਾਅਦ 2011 ਵਿੱਚ ਹੋਈ ਹੈਗੀ ਆ, ਉਦੋਂ 65 ਦੇ ਲਾਗੇ ਸਾਡੇ ਕੋਲ ਵਿਦਵਾਨ ਬਾਹਰਲੇ ਦੇਸ਼ਾਂ ਵਿੱਚੋਂ ਆਏ ਹੈਗੇ ਆ, ਅਤੇ ਜਿਹੜੀ 2015 ਦੇ ਵਿੱਚ ਹੋਈ ਸੀਗੀ ਉਹ 'ਚ ਤਕਰੀਬਨ 115 ਕੁ ਬੰਦੇ ਗਏ ਸੀਗੇ, ਜਿਹੜੀ 17 ਦੇ ਵਿੱਚ ਕਰਾਈ ਆ 116 ਕੁ, ਅਤੇ ਜਿਹੜੀ ਐਕੀ ਵਰਲਡ ਪੰਜਾਬੀ ਕਾਨਫਰੰਸ ਹੋਈ ਆ ਉਹ 'ਚ 123 ਕੁ ਦੇ ਵਿਦਵਾਨ ਬਾਹਰਲੇ ਦੇਸ਼ਾਂ ਦੇ ਵਿੱਚੋਂ ਗਏ ਹੈਗੇ ਆ। ਅਤੇ ਉਹ ਅੱਜ ਕੱਲ੍ਹ ਮੈਨੂੰ ਡਾਕਟਰ ਗੁਰਸੇਵਕ ਲੰਬੀ ਹੋਣਾ ਦੀ ਗੱਲ ਯਾਦ ਹੁੰਦੀ ਆ, ਉਹ ਕਹਿੰਦਾ ਜਿਹੜੀਆਂ ਸਾਡੀਆਂ ਯੂਨੀਵਰਸਿਟੀ 'ਚ ਜਿੰਨੀਆਂ ਵੀ ਕਾਨਫਰੰਸਾਂ ਹੁੰਦੀਆਂ ਹੈਗੀਆਂ ਵਾ ਉਹ ਟੈਕਨੀਕਲ ਹੁੰਦੀਆਂ ਹੈਗੀਆਂ ਜੀ, ਅਤੇ ਜਿਹੜੀ ਤੁਹਾਡੀ ਉਹ ਉਹਨਾਂ ਦੇ ਮੁਤਾਬਕ ਸਾਡੀਆਂ ਜਿਹੜੀਆਂ ਕਾਨਫਰੰਸਾਂ ਹੈਗਾ ਉਹ ਬੜੇ ਵੱਡੇ ਵੱਡੇ ਵਿਦਵਾਨ ਹੁੰਦੇ ਹੈਗੇ ਆ, ਅਤੇ ਉਹ ਆਮ ਕਰਕੇ ਕਿਸੇ MA ਵਾਲੇ, MPhil ਵਾਲੇ, PhD ਉਹ ਉੱਪਰੇ ਲੈਵਲ ਦੇ ਵਿਦਿਆਰਥੀਆਂ ਲਈ, ਬੁੱਧੀਜੀਵੀਆਂ ਲਈ ਹੁੰਦੀ ਹੈਗੀ ਆ, ਅਤੇ ਸਾਡੀ ਜਿਹੜੀ ਕੈਨੇਡਾ ਵਾਲੀ ਕਾਨਫਰੰਸ ਹੁੰਦੀ ਹੈਗੀ ਆ ਉਹਨਾਂ ਦੇ ਮੁਤਾਬਕ ਇਹ ਪ੍ਰੈਕਟੀਕਲ ਹੈਗੀ ਆ, ਜਿਹੜੀ ਇੱਕ ਛੋਟੇ ਅਨਪੜ੍ਹ ਬੱਚੇ ਤੋਂ ਲੈ ਕੇ ਇੱਕ ਸਿਆਣੇ ਦੇ ਵਧੀਆ ਬੰਦੇ ਦੇ ਲਈ ਵੀ ਉਹਦੇ ਲਈ ਇਹ ਵਧੀਆ ਕਾਨਫਰੰਸ ਅੱਜ ਤੱਕ ਸਾਬਤ ਹੋਈਆਂ ਹੈਗੀਆਂ। ਇਹ ਕਾਨਫਰੰਸਾਂ ਸਿੱਟੇ ਵਾਲੀ ਗੱਲ ਹੈਗੀ ਆ, ਜਿਹੜੀ ਆ ਨੈਤਿਕ ਸਿੱਖਿਆ ਵਾਲੀ ਨਿਕਲੀ ਹੈਗੀ ਆ ਇਹ ਵੀ ਇਸੇ ਕਾਨਫਰੰਸ ਦੇ ਵਿੱਚੋਂ ਨਿਕਲੀ ਹੈਗੀ ਆ। ਉਹਦੇ 'ਚੋਂ ਇੱਕ ਕਿਤਾਬ ਤਿਆਰ ਕਰਾਈ ਗਈ ਸੀਗੀ ਇਹ ਸਤੀਸ਼ ਕੁਮਾਰ ਵਰਮਾ ਜੀ ਹੋਣਾਂ ਦੀ ਮਦਦ ਦੇ ਨਾਲ ਵੀ ਇੱਕ ਬੰਦੇ ਨੇ ਭਾਸ਼ਣ ਕਿਵੇਂ ਦੇਣਾ। ਅੱਜ ਵੀ ਜੇ ਕੋਈ ਟੀਚਰ ਜਾਂ ਕਿਸੇ ਬੰਦੇ ਨੂੰ ਕਹੋ ਤੁਸੀਂ ਭਾਸ਼ਣ, ਗੱਲਾਂ ਤਾਂ ਕਰੀ ਜਾਣਗੇ ਅਤੇ ਜਦੋਂ ਕੋਈ ਸਟੇਜ 'ਤੇ ਜਾ ਕੇ ਭਾਸ਼ਣ ਦੇਣਾ ਤਾਂ ਉਦੋਂ ਲੱਤਾਂ ਕੰਬਣ ਲੱਗ ਪੈਂਦੀਆਂ ਹੈਗੀਆਂ, ਅਤੇ ਉਹਨਾਂ ਜੇ ਡਾਕਟਰ ਸੁਲਮਨ ਨਾਜ਼ ਸਾਹਿਬ ਦਾ ਕੋਈ ਉਹ ਆਰਟੀਕਲ ਪੜ੍ਹ ਲਵੇ ਅਤੇ ਉਹਨੂੰ ਭਾਸ਼ਣ ਦੇਣਾ ਆ ਸਕਦਾ ਹੈਗਾ ਵਾ, ਭਾਵ ਕਿ ਉਹ ਅਸੀਂ ਬਰੀਕ ਬਰੀਕ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਆਮ ਲੋਕਾਂ ਦੇ ਕੰਮ ਆਉਣ ਵਾਲੀਆਂ, ਤੁਸੀਂ ਇੰਟਰਵਿਊ ਕਿਵੇਂ ਦੇਣੀ ਆ, ਤੁਸੀਂ ਖੁਸ਼ ਕਿਵੇਂ ਰਹਿਣਾ ਹੈਗਾ ਵਾ, ਅਸੀਂ ਉਸ ਲੈਵਲ ਦੀਆਂ ਗੱਲਾਂ ਕਰਦੇ ਹੈਗੇ ਹਾਂ। ਅਤੇ ਜਿਹੜੀ ਡਿਸਿਪਲਿਨ ਵਾਲੀ ਗੱਲ ਹੈਗੀ ਆ ਵੀ ਜੇ ਤਾਂ ਸਾਡੇ ਉੱਪਰ ਕੋਈ ਬਾਹਲਾ ਵੱਡਾ ਕੋਈ ਬੌਸ ਹੁੰਦਾ ਨੇਗਾ ਅਤੇ ਉਹਦੇ ਲਈ ਸਾਨੂੰ ਲੇਟ ਕਰਨੀ ਪਵੇ ਕਾਨਫਰੰਸ, ਨਾ ਤਾਂ ਕਿਸੇ ਲਈ ਕਈ ਟਾਈਮ ਤੋਂ ਲੇਟ ਹੀ ਕਰਦੇ ਹਾਂ ਅਤੇ ਨਾ ਕੋਈ ਆਉਣ ਵਾਲੇ ਬੰਦੇ ਵੀ ਕਦੀ ਲੇਟ ਹੁੰਦੇ ਹੈਗੇ ਆ। ਜੇ ਉੱਥੇ ਟਾਈਮ ਮਨਦੀਪ ਜੀ ਅਸੀਂ 10 ਵਜੇ ਦਾ ਦਿੱਤਾ ਹੈਗਾ, ਕਦੇ ਨਹੀਂ ਹੋਇਆ ਚੀਫ ਗੈਸਟ ਜਿਹੜਾ ਹੈਗਾ ਵੀ ਉਹ 10:10 'ਤੇ ਆਊਗਾ, ਉਹਨੇ 2-4 ਮਿੰਟ ਉਹਨੇ ਪਹਿਲਾਂ ਵੀ ਨਹੀਂ ਆਉਣਾ ਅਤੇ ਲੇਟ ਵੀ ਨਹੀਂ ਆਉਣਾ, ਪੂਰੇ ਟਾਈਮ 'ਤੇ ਹੀ ਉਹ ਚੀਫ ਗੈਸਟ ਵੀ ਆ ਜਾਂਦੇ ਹੈਗੇ ਆ ਅਤੇ ਜਿੰਨੇ ਵੀ ਸਾਡੇ ਸੈਸ਼ਨ ਹੁੰਦੇ ਹੈਗੇ ਆ ਅਤੇ ਅੱਜ ਤੱਕ ਮੈਂ ਇਹ ਕਹਿ ਸਕਦਾ ਵੀ ਨਾ ਕੋਈ ਵੀ ਸੈਸ਼ਨ 5 ਮਿੰਟ ਪਹਿਲਾਂ ਨਹੀਂ ਸ਼ੁਰੂ ਕੀਤਾ ਅਤੇ 5 ਮਿੰਟ ਬਾਅਦ ਵੀ ਸ਼ੁਰੂ ਨਹੀਂ ਕੀਤਾ, ਅਤੇ ਜਿਹੜਾ ਖਤਮ ਹੁੰਦਾ ਹੈਗਾ ਨਾ ਕਦੀ 5 ਮਿੰਟ ਬਾਅਦ ਹੋਇਆ ਅਤੇ ਨਾ 5 ਮਿੰਟ ਪਹਿਲਾਂ ਹੋਇਆ। ਉਹਦਾ ਏਜੰਡਾ ਬਣਾਉਣ ਦੇ ਵੇਲੇ ਤਕਰੀਬਨ ਉਹਨੂੰ ਬਹੁਤ ਜ਼ਿਆਦਾ ਹੈਵੀ ਵੀ ਨਹੀਂ ਰੱਖੀਦਾ ਅਤੇ ਉਹ ਤੋਂ ਸਟੇਜ ਤੋਂ ਵੀ ਨਹੀਂ ਰੌਲਾ ਪਾਈਦਾ ਵੀ ਤੁਸੀਂ ਤੁਹਾਨੂੰ ਇੰਨਾ ਟਾਈਮ ਵੀ ਦਿੱਤਾ, ਉਹਦੇ ਪਹਿਲਾਂ ਉਹਦੇ ਕੰਨ 'ਚ ਹੀ ਕਹਿ ਦਈਦਾ ਹੈਗਾ ਤੇਰੇ ਕੋਲ ਮਿੰਟ 8 ਹੀ ਆ, 8 ਮਿੰਟ ਜੀ
ਖਤਮ ਕਰਨਾ ਪੈਂਦਾ ਹੈਗਾ, ਉੱਥੇ ਲਾਈਟ ਹੁੰਦੀ ਆ, ਉਦੋਂ ਗ੍ਰੀਨ ਆ, ਐਂਬਰ ਆ ਅਤੇ ਰੈੱਡ ਵਾ, ਅਤੇ ਜਿਹੜਾ ਬੰਦਾ ਸਮਝਦਾ ਮੈਨੂੰ ਰੈੱਡ ਲਾਈਟ ਹੋ ਗਈ ਅਤੇ ਮੈਨੂੰ ਬੈੱਲ ਵੱਜ ਗਈ ਅਤੇ ਉਹ ਫੀਲ ਗੁੱਡ ਨਹੀਂ ਕਰਦਾ। ਇਸ ਤਰੀਕੇ ਦੇ ਨਾਲ ਉੱਥੇ ਜਿਹੜਾ ਇਹ ਡਿਸਿਪਲਿਨ ਤੁਹਾਨੂੰ ਰੱਖਣੀਆਂ ਪੈਂਦੀਆਂ। ਡਿਸਿਪਲਿਨ ਇਸ ਕਰਕੇ ਹੈਗਾ ਵੀ ਸਾਡੇ ਜੇ ਕੋਈ ਬਹੁਤ ਵੱਡਾ ਬੰਦਾ ਹੋਵੇ, ਉਹਦੀ ਵੇਟ, ਹੁਣ ਇੱਕ ਮੁਲਾਜ਼ਮ ਉਹਦੇ ਕੋਈ ਇੰਪਲਾਈ ਹੈ ਕੰਮ ਕਰਦੇ, ਵੀ ਸੀ ਸਾਹਿਬ ਨੇ ਲੇਟ ਆਉਣਾ ਹੈਗਾ ਅਤੇ ਉਹਦੇ ਜਿਹੜੇ ਪ੍ਰੋਫੈਸਰ ਹੈਗੇ ਆ ਉਹ ਪਹਿਲਾਂ ਸ਼ੁਰੂ ਕਰ ਹੀ ਨਹੀਂ ਸਕਦੇ, ਉਹਨੂੰ ਵੇਟ ਕਰਨਗੇ। ਪਰ ਸਾਡੇ ਕਿਉਂਕਿ ਅਸੀਂ ਬਾਹਰ ਬੈਠੇ ਹੈਗੇ ਹਾਂ, ਉੱਥੇ ਟਾਈਮ ਦੀ ਵੀ ਕਦਰ ਹੈਗੀ ਆ ਅਤੇ ਸਾਰਾ ਠੀਕ ਚੱਲ ਰਿਹਾ। ਹੁਣ ਤੱਕ ਮੈਂ ਸਮਝ ਸਕਦਾ ਵੀ ਕੈਨੇਡਾ ਵਾਲੀਆਂ ਕਾਨਫਰੰਸਾਂ ਨੇ ਖਾਸਾ ਕੁਛ, ਇੱਕ ਤਾਂ ਟਾਈਮ ਤੋਂ ਵੀ ਠੀਕ ਆ, ਦੂਜਾ ਗਿਣਤੀ ਪੱਖੋਂ। ਇੱਥੇ ਇੱਕ ਵਾਰੀ ਮੈਂ ਅਤੇ ਮੇਰੇ ਨਾਲ ਇੱਕ ਸੰਘਾ ਸਾਹਿਬ ਆਏ ਸੀਗੇ ਅਤੇ ਉਹ ਜਦੋਂ ਪਹਿਲੇ ਸੈਸ਼ਨ ਵਿੱਚ ਤਾਂ ਪੂਰੀ ਰੌਣਕਾਂ ਸੀਗੀਆਂ, ਜਦੋਂ ਉਹਨਾਂ ਦੀ ਵਾਰੀ ਅਖੀਰ 'ਤੇ ਆ ਗਈ ਮੈਂ ਪਹਿਲਾਂ ਬੋਲ ਗਿਆ, ਮੈਂ ਠੀਕ ਰਹਿ ਗਿਆ। ਜਦੋਂ ਆਇਆ ਤਾਂ ਸਿਰਫ 17 ਬੰਦੇ ਸੁਣਨ ਵਾਲੇ ਸੀ, ਜਿਹੜਾ ਪੇਪਰ ਪੜ੍ਹਦਾ ਸੀ ਉਹ ਵੀ ਉੱਠ ਕੇ ਚੱਲ ਜਾਂਦਾ ਸੀਗਾ। ਅਤੇ ਡਾਕਟਰ ਦਰਿਆ ਸਾਹਿਬ ਸੀਗੇ ਅਤੇ ਉਹ ਕਹਿੰਦੇ, ਦੱਸੋ ਜੀ, ਮੈਂ ਕਹਿੰਦਾ ਆਪਣੀ ਓਪੀਨੀਅਨ ਵਿਊ ਕਿਹਨੂੰ ਦੇਵਾਂ ਵੀ ਤੂੰ ਪੇਪਰ ਕਿੱਦਾਂ ਪੜ੍ਹ ਕੇ ਗਿਆ ਹੈਗਾ। ਇਹਨੇ ਫਾਰਮੈਲਿਟੀ ਲਈ ਹੈਗਾ, ਪਰ ਉੱਥੇ ਫਾਰਮੈਲਿਟੀ ਨਹੀਂ ਹੁੰਦੀ। ਜੇ ਉੱਥੇ ਮਨਦੀਪ ਜੀ, ਮੈਂ ਕਹਿ ਸਕਦਾ ਹੈਗਾ ਦਰਦੀ ਸਾਹਿਬ ਵੀ ਗਵਾਹ ਹੈਗੇ ਆ, ਦਰਦੀ ਸਾਹਿਬ ਉਹਨਾਂ ਦਾ ਇੱਕ ਸਾਡੀ ਕਾਨਫਰੰਸ ਬਾਰੇ ਇਹ ਕਹਿਣਾ ਵੀ 1982 ਤੋਂ ਲੈ ਕੇ ਹਰੇਕ ਕਾਨਫਰੰਸ ਮੈਂ ਦੇਖੀ ਆ, ਜਾਂ ਮੈਂ ਖੁਦ ਆਪ ਅਟੈਂਡ ਕੀਤੀ ਆ ਅਤੇ ਜਾਂ ਮੇਰਾ ਰਾਬਤਾ ਰਿਹਾ ਹੈਗਾ। ਅਤੇ ਉਹ ਕਹਿੰਦੇ ਵੀ ਜੋ ਕੈਨੇਡਾ ਵਾਲੀ ਤੁਸੀਂ ਕਾਨਫਰੰਸ 2017 ਵਿੱਚ ਕੀਤੀ ਹੈਗੀ ਆ, ਇਹੋ ਜਿਹੀ ਕਾਨਫਰੰਸ ਮੈਂ ਕਦੇ ਨਹੀਂ ਕੋਈ ਦੇਖੀ ਜਿਹਦੇ 'ਚ ਮੁੱਦੇ ਤੋਂ ਬਿਨਾਂ ਕੋਈ ਬੰਦਾ ਗੱਲ ਹੀ ਨਹੀਂ ਕਰਦਾ, ਕਿਸੇ ਬੰਦੇ ਦੀ ਕੋਈ ਤਾਰੀਫ ਨਹੀਂ ਹੁੰਦੀ, ਸਿਰਫ ਸਬਜੈਕਟ ਮੈਟਰ ਦੀ ਗੱਲ ਹੁੰਦੀ ਹੈਗੀ ਆ। ਇਹ ਜਿਹੜੀ ਵਰਡਿੰਗ ਹੈਗੀ ਆ ਦਰਦੀ ਸਾਹਿਬ ਦੀ ਖੁਦ ਆਪਦੀ ਹੈਗੀ ਆ, ਉਹਨਾਂ ਨੇ ਰਿਕਾਰਡਡ ਵੀ ਹੈਗੀ ਆ ਅਤੇ ਉਹਨਾਂ ਨੂੰ ਕਦੇ ਤੁਸੀਂ ਪੁੱਛ ਵੀ ਸਕਦੇ ਹੈਗੇ ਹੋ। ਸਾਡੀ ਕਾਨਫਰੰਸ ਦੇ ਵਿੱਚ ਸਬਜੈਕਟ ਤੋਂ ਬਿਨਾਂ ਕੋਈ ਬੰਦਾ ਬਿਨਾਂ ਬੋਲ ਨਹੀਂ ਸਕਿਆ। ਜੀ ਬਿਲਕੁਲ, ਜਿਹੜੀਆਂ ਪਹਿਲੀਆਂ ਸਾਡੀਆਂ ਕਾਨਫਰੰਸਾਂ ਸੀਗੀਆਂ 9 ਅਤੇ 11 ਵਾਲੀਆਂ, ਉਦੋਂ ਸਾਨੂੰ ਵੀ ਤਜਰਬਾ ਨਹੀਂ ਸੀਗਾ, ਉਦੋਂ ਕੁਛ ਬੰਦੇ ਬੋਲ ਗਏ ਹੋਣਗੇ ਮੈਂ ਕਹਿ ਨਹੀਂ ਸਕਦਾ, ਪਰ ਉਦੋਂ ਬਾਅਦ ਹਰੇਕ ਵਾਰੀ ਅਸੀਂ ਸਬਜੈਕਟ ਹੀ ਨਵਾਂ ਦਿੰਦੇ ਹੈਗੇ ਹਾਂ। ਵੀ ਇਹ ਕਿ ਸਬਜੈਕਟ ਸਾਡਾ ਸੀਗਾ ਵੀ ਪੰਜਾਬੀਆਂ ਦੀਆਂ ਮੁਸ਼ਕਲਾਂ ਅਤੇ ਉਹਨਾਂ ਦਾ ਹੱਲ। ਜੀ, ਅੱਜ ਤੋਂ ਪਹਿਲਾਂ ਕਦੀ ਇਹ ਸਬਜੈਕਟ ਰੱਖਿਆ ਹੀ ਨਹੀਂ ਗਿਆ ਅਤੇ ਪਹਿਲਾਂ ਪੇਪਰ ਰੱਖਿਆ, ਬੰਦਾ ਪੜ੍ਹ ਕਿਵੇਂ ਜਾਊਗਾ। ਅਤੇ ਉਹ ਪਹਿਲੀ ਵਾਰੀ ਉਹ ਮੈਨੂੰ ਕਿਸੇ ਨੇ ਕਹਿਤਾ ਵੀ ਤੂੰ ਚੇਅਰਮੈਨ ਹੈਗਾ ਬਾਈ, ਅਤੇ ਤੂੰ ਕਹਿ ਦੇ ਹਰੇਕ ਨੂੰ ਤੁਹਾਡਾ ਪੇਪਰ ਨਵਾਂ ਹੋਵੇ, ਪਹਿਲਾਂ ਪੁਰਾਣਾ ਲਿਖਿਆ ਨਾ ਹੋਵੇ। ਅਤੇ ਮੈਂ ਵੀ ਕਹਿ ਬੈਠਾ, ਅਤੇ ਉਹ ਲੇਖਕ ਸਾਹਿਬ ਕਹਿੰਦੇ ਵੀ ਚੱਠਾ ਪੇਪਰ ਪਿਆ ਹੈਗਾ, ਤੂੰ ਕਦੀ ਪੜ੍ਹਿਆ ਪਹਿਲਾਂ? ਨਹੀਂ, ਮੈਂ ਕਿਹਾ ਮੈਂ ਤਾਂ ਨਹੀਂ ਪੜ੍ਹਿਆ। ਕਹਿੰਦੇ ਫਿਰ ਤਰਲੀ ਤਾਂ ਨਵਾਂ ਹੀ ਆ ਨਾ। ਜੀ, ਪਰ ਹੁਣ ਹੁਣ ਦੇ ਸਾਡੀ ਕਾਨਫਰੰਸਾਂ ਉਹ ਇਸ ਕਰਕੇ ਹੈਗਾ ਵੀ ਅਸੀਂ ਸਬਜੈਕਟ ਹੀ ਨਵਾਂ ਦਿੰਦੇ ਹੈਗੇ ਹਾਂ ਅਤੇ ਉਹ ਠੀਕ ਰਹਿੰਦਾ। 17 ਵਿੱਚ ਨੈਤਿਕਤਾ ਦਾ ਸੀਗਾ, ਨੈਤਿਕਤਾ ਦੇ ਬਾਰੇ ਹਰੇਕ ਨੇ ਨਵਾਂ ਹੀ ਲਿਖਣਾ ਪਊਗਾ, ਕਿਉਂਕਿ ਪਹਿਲਾਂ ਲਿਖਿਆ ਹੋ ਹੀ ਨਹੀਂ ਸਕਦਾ। ਇਹ ਕੀ ਪੰਜਾਬੀ ਦੀਆਂ ਸਮੱਸਿਆਵਾਂ ਅਤੇ ਉਹਦੇ ਹੱਲ ਬਾਰੇ ਸੀਗਾ, ਇਹ ਕੋਈ ਨਵਾਂ ਸਬਜੈਕਟ ਸੀਗਾ, ਪਹਿਲਾਂ ਹੋ ਹੀ ਨਹੀਂ ਸਕਦਾ। ਜਿਹੜਾ ਨੈਕਸਟ ਅਸੀਂ ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਸੁਧਾਰ ਹੋਣਾ ਚਾਹੀਦਾ ਹੈਗਾ, ਇਹਦੇ ਲਈ ਹਰੇਕ ਬੰਦੇ ਨੂੰ ਨਵਾਂ ਮਿਹਨਤ ਕਰਕੇ ਹੀ ਲਿਖਣਾ ਪੈਣਾ ਹੈਗਾ ਵਾ। ਇਸ ਕਰਕੇ ਤੁਸੀਂ ਕਹਿ ਦਿਓ ਅਸੀਂ ਸਿੰਪਲ ਹੈਗੇ ਹਾਂ, ਅਸੀਂ ਬਹੁਤ ਔਖੇ ਔਖੇ ਅੱਖਰ ਵੀ ਨਹੀਂ ਵਰਤਦੇ। ਇਹੋ ਜਿਹੀਆਂ ਗੱਲਾਂ ਬਣੀ ਵੀ ਦੂਜੇ ਨੂੰ ਸਮਝ ਹੀ ਨਾ ਆਏ, ਸੁਣਨ ਵਾਲੇ ਦੋਤੋਂ ਦੀ ਲੰਘ ਜਾਣ, ਤੇ ਇਹੋ ਜਿਹੀ ਵਰਡਿੰਗ ਕਈ ਵਾਰੀ ਯੂਜ਼ ਕਰ ਲਈ ਜਾਂਦੀ ਹੈ। ਮੈਨੂੰ ਅੱਜ ਤੱਕ ਯਾਦ ਰਹਿੰਦੀ ਹੈ, ਸਾਡੇ ਇੱਕ ਸੱਜਣ ਨੇ ਗੱਲ ਸੁਣਾਈ ਵੀ ਵੀ ਦਿੱਲੀ ਇੱਕ ਹੋਈ ਕਾਨਫਰੰਸ ਅਤੇ ਆਪਣਾ ਇੱਕ ਬਹੁਤ ਵੱਡਾ ਵਿਦਵਾਨ ਔਖੇ ਔਖੇ ਅੱਖਰ ਬੋਲ ਕੇ ਹੇਠਾਂ ਉੱਤਰ ਆਇਆ ਅਤੇ ਉਹਦੇ ਚੇਲੇ ਬਲ ਕੇ ਬੜੇ ਸੀ, ਉਹਨਾਂ ਤਾੜੀਆਂ ਵੀ ਬਹੁਤ ਮਾਰੀਆਂ। ਅਤੇ ਉਦੋਂ ਬਾਅਦ ਇੱਕ ਪਾਕਿਸਤਾਨ ਦਾ ਵਿਦਵਾਨ ਲੇਖਕ ਉੱਥੇ ਅਟੈਂਡ ਕਰ ਰਿਹਾ ਸੀਗਾ, ਉਹ ਕਹਿੰਦਾ ਜੀ ਜਿੰਨੀਆਂ ਤਾੜੀਆਂ ਵੱਜੀਆਂ ਮੇਰੇ ਖਿਆਲ ਹੈ ਬਹੁਤ ਵਧੀਆ ਬੋਲ ਕੇ ਗਏ ਹੋਣਗੇ, ਕੋਈ ਮੈਨੂੰ ਪੰਜਾਬੀ 'ਚ ਟਰਾਂਸਲੇਟ ਕਰਕੇ ਦੱਸੂਗਾ ਕੀ ਬੋਲ ਕੇ ਗਏ ਆ? ਜੀ ਬਿਲਕੁਲ, ਕਿਉਂਕਿ ਆਮ ਬੰਦੇ ਦੇ ਸਮਝ ਨਾ ਆਉਣ ਵਾਲੇ ਉਹ ਅੱਖਰ ਸਾਡੇ ਉੱਥੇ ਕਾਨਫਰੰਸ 'ਚ ਨਹੀਂ ਬੋਲਦਾ, ਕਿਉਂਕਿ ਆਮ ਸਧਾਰਨ ਬੰਦੇ ਜੇ ਸਵੇਰ ਨੂੰ 400 ਬੰਦਾ ਹੁੰਦਾ ਅਤੇ ਸ਼ਾਮ ਨੂੰ 425 ਬੰਦਾ ਹੁੰਦਾ, ਉੱਥੇ ਕਦੇ ਵੀ ਕਦੇ ਕੋਈ ਗਿਣਤੀ 'ਚ ਘਟੇ ਨਹੀਂ ਲੋਕ। ਸਾਡੇ ਇਹ ਨਹੀਂ ਹੁੰਦਾ ਵੀ 25-30 ਬੰਦੇ ਇਕੱਠੇ ਹੋ ਗਏ ਆਸੇ 'ਚ ਗੱਲਾਂ ਕਰਕੇ ਉੱਠ ਕੇ ਆ ਗਏ, ਉਹ ਕਾਨਫਰੰਸ ਨਹੀਂ ਹੁੰਦੀ। ਬਿਲਕੁਲ ਜੀ, ਆਮ ਤੌਰ 'ਤੇ ਐਂ ਸੋਚਿਆ ਜਾਂਦਾ ਵੀ ਕਾਨਫਰੰਸ ਦਾ ਰੂਪ ਇਹੀ ਹੋਏਗਾ ਵੀ ਇਕੱਠੇ ਹੋਏ ਬੰਦੇ ਗੱਲਾਂ ਕੀਤੀਆਂ, ਬਾਅਦ ਵਿੱਚ ਕੋਈ ਰਿਜ਼ਲਟ ਨਹੀਂ ਨਿਕਲਿਆ। ਪਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹਰ ਇੱਕ ਕਾਨਫਰੰਸ ਤੋਂ ਬਾਅਦ ਕੋਈ ਨਾ ਕੋਈ ਆਊਟਪੁੱਟ ਨਿਕਲੀ ਹੈ, ਜਦੋਂ ਬੁੱਧੀਜੀਵੀ ਸਾਰੇ ਸਿਰ ਜੋੜ ਕੇ ਬੈਠਦੇ ਨੇ ਤਾਂ ਕੁਛ ਨਾ ਕੁਛ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕਰਦੇ ਨੇ। ਇਹਦੇ ਵਿੱਚ ਕੁਛ ਸਾਡਾ ਵੀ ਹਿੱਸਾ ਹੈਗਾ, ਮੈਂ ਵਕੀਲ ਹਾਂ ਅਤੇ ਮੈਂ ਉਹ ਪਹਿਲਾਂ ਕੀਤਾ, ਮੈਂ ਕਿਹਾ ਵਿਦਵਾਨ ਆਉਣਗੇ ਆਪਦੀਆਂ ਗੱਲਾਂ ਕਰਕੇ ਚਲੇ ਜਾਣਗੇ, ਮੈਨੂੰ ਕੀ ਫਾਇਦਾ ਹੋਇਆ? ਅਸੀਂ ਆਪਦਾ ਫਾਇਦਾ ਲੈਣ ਦੇ ਮਾਰਿਆਂ ਨੇ ਵੀ ਸਾਡੇ ਕੋਲ ਐਡੇ ਐਡੇ ਵੱਡੇ ਬੁੱਧੀਜੀਵੀ ਆਉਂਦੇ ਆ, ਇਹਨਾਂ ਦਾ ਫਾਇਦਾ ਉਠਾਇਆ ਜਾਵੇ। ਇਹਨਾਂ ਦਾ ਫਾਇਦਾ ਉਠਾਉਣ ਦਾ ਕਰਕੇ ਹੀ ਅਸੀਂ ਇੱਕ ਕਿਤਾਬ ਨਹੀਂ ਗੀ, ਘੱਟੋ ਘੱਟ 3 ਕਿਤਾਬਾਂ ਅਸੀਂ ਤਿਆਰ ਕਰਵਾ ਚੁੱਕੇ ਹੈਗੇ ਹਾਂ। ਇੱਕ ਹੈਗਾ ਮਿਡਲ ਸਕੂਲ ਦੇ ਬੱਚਿਆਂ ਲਈ, ਇੱਕ ਹਾਈ ਸਕੂਲ ਦੇ ਬੱਚਿਆਂ ਲਈ, ਅਤੇ ਉਸ ਤੋਂ ਬਾਅਦ ਇਹ ਕਿ ਸਭ ਤੋਂ ਵੱਡਾ ਕੰਮ ਜਿਹੜਾ ਕੀਤਾ ਹੈਗਾ ਵਾ ਵੀ 4 ਧਰਮਾਂ ਦੇ ਵਿੱਚ ਹੀ ਨੈਤਿਕਤਾ ਦੇ ਬਾਰੇ ਕੀ ਲਿਖਿਆ ਹੈਗਾ। ਇਹ ਜਿਹੜੀ ਕਿਤਾਬ ਲਿਖੀ ਗਈ ਆ ਬੜੀ ਵਿਲੱਖਣ ਅਤੇ ਵੱਡੀ ਇਹ ਕਿਤਾਬ ਹੈਗੀ ਆ। ਇਹਦੇ ਵਿੱਚ ਸਿੱਖ ਧਰਮ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕੀ ਲਿਖਿਆ ਹੈਗਾ, ਉਹ ਪ੍ਰਿੰਸੀਪਲ ਕਿਰਨਪ੍ਰੀਤ ਕੌਰ ਧਾਮੀ ਜੀ ਹੋਣਾ ਨੇ ਉਹਦੇ ਬਾਰੇ ਲਿਖਿਆ ਹੈਗਾ।
ਇਹ ਕ੍ਰਿਸਚੀਅਨ ਬਾਈਬਲ ਵਿੱਚ ਕੀ ਲਿਖਿਆ ਹੈਗਾ, ਡਾਕਟਰ ਸੁਲਮਨ ਨਾਜ਼ ਸਾਹਿਬ ਸੀਗੇ ਉਹਨਾਂ ਨੇ ਲਿਖਿਆ ਹੈਗਾ, ਇੱਕ ਡਾਕਟਰ ਹਰਫੂਲ ਉਹ ਸਾਡੇ ਆਪਣੇ ਪਟਿਆਲੇ ਦੇ ਹੀ ਆ ਜੀ, ਡਾਕਟਰ ਵੀ ਹੈਗੇ ਆ, ਅਤੇ ਉਹਨਾਂ ਨੇ ਧਾਰਮਿਕ ਹਿੰਦੂ ਧਾਰਮਿਕ ਗ੍ਰੰਥਾਂ ਗੀਤਾ ਜੀ ਵਿੱਚ ਕੀ ਲਿਖਿਆ ਹੈਗਾ ਵਾ ਉਹ ਲਿਖਿਆ ਹੈਗਾ ਵਾ। ਡਾਕਟਰ ਮੁਜਾਹਿਦਾ ਜੀ ਨੇ ਕੁਰਾਨ ਦੇ ਵਿੱਚ ਜਿਹੜੇ ਕਿ ਲਾਹੌਰ ਦੇ ਵਿੱਚ ਗੌਰਮੈਂਟ ਵੂਮੈਨ ਯੂਨੀਵਰਸਿਟੀ ਵਿੱਚ ਹੈੱਡ ਆਫ ਡਿਪਾਰਟਮੈਂਟ ਹੈ, ਉਹਨਾਂ ਨੇ ਲਿਖਿਆ ਹੈਗਾ। ਚੌਹਾਂ ਹੀ ਧਰਮਾਂ ਦੇ ਵਿੱਚ ਨੈਤਿਕਤਾ ਬਾਰੇ ਕੀ ਲਿਖਿਆ ਹੈਗਾ, ਇਹ ਕਿਤਾਬ ਪਹਿਲੀ ਵਾਰੀ ਤਿਆਰ ਕਰਾਈ ਆ। ਤਿਆਰ ਕਰਾਉਣ ਤੋਂ ਬਾਅਦ ਐਸ ਜੀ ਪੀ ਸੀ ਸਾਹਿਬ ਦੇ ਪ੍ਰਧਾਨ ਸਾਹਿਬ ਲੌਂਗੋਵਾਲ ਸਾਹਿਬ ਨੂੰ ਮੈਂ ਖੁਦ ਆਪ ਦੇ ਕੇ ਆਇਆ ਹੈਗਾ ਵੀ ਤੁਸੀਂ ਇਹਨਾਂ 'ਚੋਂ ਪੜ੍ਹਾ ਲਓ, ਇਹ 'ਚੋਂ ਤੁਹਾਨੂੰ ਇੱਕ ਵੀ ਅੱਖਰ ਕੋਈ ਗਲਤ ਲੱਗੇ ਤਾਂ ਅਸੀਂ ਉਹ ਕਿਤਾਬ ਨੂੰ ਦੁਬਾਰਾ ਚੇਂਜ ਕਰ ਦੇਵਾਂਗੇ ਜੀ। ਅਤੇ ਕਿਉਂਕਿ ਅਸੀਂ ਚਾਹੁੰਦੇ ਹੈਗੇ ਹਾਂ ਵੀ ਇਹਦੇ ਨਾਲ ਸਾਂਝੀਵਾਲਤਾ ਵੀ ਸਾਡਾ ਆਪਸੀ ਸਾਂਝ ਵੀ ਬਣੀ ਰਹਿੰਦੀ ਹੈਗੀ ਆ, ਅਤੇ ਇਹਦੇ ਨਾਲ ਬੜਾ ਫਾਇਦਾ ਹੋਊਗਾ ਜੀ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ? ਸਭ ਤੋਂ ਵੱਡੀ ਗੱਲ ਹੈਗੀ ਆ ਜੀ, ਅਸੀਂ ਕੋਈ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਨਹੀਂ ਬਣਾਉਣੀਆਂ। ਨੈਤਿਕਤਾ ਤੋਂ ਬਿਨਾਂ ਬਣਿਆ ਹੋਇਆ ਡਾਕਟਰ ਮਰਦਿਆਂ ਦੇ ਮੁੜ ਕੇ ਆਕਸੀਜਨ ਲਾ ਕੇ ਰੱਖੂ, ਅਤੇ ਨੈਤਿਕਤਾ ਤੋਂ ਬਿਨਾਂ ਬਣਿਆ ਹੋਇਆ ਜੱਜ ਵੀ ਗਲਤ ਫੈਸਲੇ ਕਰੂਗਾ, ਨੈਤਿਕਤਾ ਤੋਂ ਬਿਨਾਂ ਬਣਿਆ ਹੋਇਆ ਇੰਜੀਨੀਅਰ ਜਿਹੜਾ ਹੈਗਾ ਉਹਦੇ ਵੀ ਪੁੱਲ ਡਿੱਗਣਗੇ ਡਿੱਗਣਗੇ। ਇਸ ਕਰਕੇ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਦੇ ਨਾਲੋਂ ਅਸੀਂ ਉਹਨਾਂ ਨੂੰ ਵਧੀਆ ਇਨਸਾਨ ਬਣਾਈਏ, ਅਤੇ ਜਿਹਦੇ ਨਾਲ ਸਾਡਾ ਸਮਾਜ ਵੀ ਵਧੀਆ ਰਹਿ ਸਕੇ ਅਤੇ ਇੱਕ ਦੂਜੇ ਦੀ ਹੈਲਪ ਕਰ ਸਕੀਏ। ਇਹ ਸਮਾਜ ਇਕੱਲਾ ਬੰਦਾ ਰਹਿ ਨਹੀਂ ਸਕਦਾ, ਅਤੇ ਅਨੁਸ਼ਾਸਨ 'ਚ ਰੱਖਣ ਲਈ ਸਰਕਾਰ ਜਿਹੜੀ ਆ ਕਾਨੂੰਨ ਬਣਾਉਂਦੀ ਆ, ਜੇ ਕੋਈ ਜੁਰਮ ਕਰਦਾ ਉਹਨੂੰ ਸਜ਼ਾ ਦਿੰਦੀ ਆ, ਪਰ ਚੰਗੇ ਕੰਮ ਕਰਨ ਲਈ ਅੱਜ ਤੱਕ ਨਾ ਸਰਕਾਰ ਨੇ ਇਸ ਕਾਨੂੰਨ ਬਣਾਇਆ ਅਤੇ ਨਾ ਉਹ ਕੋ ਬਣਨਾ, ਇਹ ਅਸੀਂ ਇਨਸਾਨ ਨੇ ਸਵੈ ਇੱਛਾ ਦੇ ਨਾਲ ਕਰਨਾ ਹੈਗਾ। ਇਸ ਕਰਕੇ ਸਾਨੂੰ ਨੈਤਿਕਤਾ ਦੀ ਸਿੱਖਿਆ, ਇਹ ਕੀ ਹੁੰਦੀ ਆ ਨੈਤਿਕਤਾ, ਇਹ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ। ਨੈਤਿਕਤਾ ਦੀ ਸਿੱਖਿਆ ਤੋਂ ਬਿਨਾਂ ਹਰੇਕ ਕਿਸਮ ਦੀ ਪੜ੍ਹਾਈ ਅਧੂਰੀ ਆ, ਅਤੇ ਨੈਤਿਕ ਗੁਣਾਂ ਤੋਂ ਬਿਨਾਂ ਇੱਕ ਇਨਸਾਨ ਅਧੂਰਾ ਵਾ। ਬਿਲਕੁਲ ਜੀ, ਬਹੁਤ ਵਧੀਆ ਸ਼ਬਦਾਂ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝ ਪਾਈ, ਤੁਹਾਡਾ ਬਹੁਤ ਬਹੁਤ ਧੰਨਵਾਦ, ਆਪਣੇ ਤਜਰਬੇ ਸਾਂਝੇ ਕੀਤੇ, ਆਪਣੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ, ਬਹੁਤ ਧੰਨਵਾਦ ਜੀ ਸਟੂਡੀਓ ਵਿੱਚ ਆਉਣ ਦੇ ਲਈ। ਮਿਹਰਬਾਨੀ, ਤੁਹਾਡਾ ਧੰਨਵਾਦ ਜੀ, ਤੁਹਾਡਾ ਕਰਕੇ ਹੀ ਲੋਕਾਂ ਨਾਲ ਸਾਂਝ ਪੈਂਦੀ ਹੈ ਜੀ, ਧੰਨਵਾਦ ਜੀ। ਸਵੇ ਸਨ ਸਰਦਾਰ ਅਜੈਬ ਸਿੰਘ ਜੀ ਚੱਠਾ, ਜਿਹੜੇ ਕਿ ਚੇਅਰਮੈਨ ਵਰਲਡ ਪੰਜਾਬੀ ਕਾਨਫਰੰਸ ਦੇ, ਉਹਨਾਂ ਨੇ ਸਾਡੇ ਸਟੂਡੀਓ ਵਿੱਚ ਆ ਕੇ ਦਰਸ਼ਕਾਂ ਨਾਲ ਆਪ ਜੀ ਨਾਲ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਮਹਿਮਾਨ ਦੇ ਨਾਲ, ਹੁਣ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆ ਗਿਆ, ਧੰਨਵਾਦ ਜੀ।